ਲੱਗਦਾ ਮੁੰਡੇ ਨੂੰ ਮਿਲਣ ਦਾ ਸੁਪਨਾ ਤਾਂ ਹੁਣ ਸੁਪਨਾ ਹੀ ਰਹਿ ਜਾਵੇਗਾ। ਕਿੰਨੀ ਵਾਰ ਟੂਰਿਸਟ ਵੀਜ਼ੇ ਵਾਸਤੇ ਅਪਲਾਈ ਕੀਤਾ ਪਰ ਰਿਫਿਊਜ਼ਲ ਤੋਂ ਇਲਾਵਾ ਕੁਛ ਹੱਥ ਨਹੀਂ ਲੱਗਾ। ਚੱਲ ਕੋਈ ਨਾ, ਜੇ ਜਾ ਨਹੀਂ ਸਕਦੇ ਫੋਨ ਤਾਂ ਕਰ ਹੀ ਸਕਦੇ ਹਾਂ ਨਾ। ਪਾਪਾ ਦਾ ਫੋਨ? ਹੈਲੋ, ਸਤਿ ਸ਼੍ਰੀ ਅਕਾਲ ਪਾਪਾ। ਸਤਿ ਸ਼੍ਰੀ ਅਕਾਲ ਪੁੱਤਰ। ਪਾਪਾ, ਤੁਹਾਡੇ ਲਈ ਖੁਸ਼ਖਬਰੀ ਹੈ। ਪੁੱਤਰ, ਤੈਨੂੰ ਮਿਲਣ ਤੋਂ ਵੱਡੀ ਖੁਸ਼ਖਬਰੀ ਸਾਡੇ ਲਈ ਹੋਰ ਕੀ ਹੋ ਸਕਦੀ ਹੈ? ਪਰ ਮੈਨੂੰ ਨਹੀਂ ਲੱਗਦਾ ਕਿ ਮੇਰੇ ਜਿੰਦੇ ਜੀ ਮੈਨੂੰ ਇਹ ਖੁਸ਼ੀ ਮਿਲੇਗੀ। ਜਦੋਂ ਮੈਨੂੰ ਸ਼ਮਸ਼ਾਨ ਲੈ ਕੇ ਜਾਣਗੇ ਨਾ ਤਾਂ ਮੈਨੂੰ ਮੋਟਾ ਦੇਣ ਜ਼ਰੂਰ ਆ ਜੀ। ਉਹ ਪਾਪਾ, ਕਿਉਂ ਐਵੇਂ ਸੋਚਦੇ ਹੋ? ਇਹੀ ਤਾਂ ਮੈਂ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਕਿ ਤੁਹਾਡਾ ਤੇ ਮੰਮੀ ਦਾ ਟੂਰਿਸਟ ਵੀਜ਼ਾ ਲੱਗ ਗਿਆ। ਇੰਨੇ ਰਿਫਿਊਜ਼ਲ ਤੋਂ ਬਾਅਦ ਵੀ ਟੂਰਿਸਟ ਵੀਜ਼ਾ ਲੱਗ ਗਿਆ? ਇੰਨੇ ਰਿਫਿਊਜ਼ਲ ਤੋਂ ਬਾਅਦ ਵੀ ਰੋਇਲ ਟ੍ਰੈਵਲਸ ਵਾਲੇ ਟੂਰਿਸਟ ਵੀਜ਼ਾ ਲਗਵਾ ਕੇ ਦਿੰਦੇ ਨੇ, ਉਹ ਵੀ ਲੀਗਲੀ। ਤੇ ਹੁਣ ਤੁਸੀਂ ਜ਼ਿਆਦਾ ਗੱਲ ਨਾ ਕਰੋ, ਜਲਦੀ ਨਾਲ ਸਮਾਨ ਪੈਕ ਕਰੋ ਤੇ ਮੰਮਾ ਨੂੰ ਲੈ ਕੇ ਮੇਰੇ ਕੋਲ ਆ ਜਾਓ। ਕੀ ਗੱਲ, ਇੰਨੇ ਖੁਸ਼ ਤੇ ਨਾਲੇ ਮੇਰੀ ਗੱਲ ਵੀ ਨਹੀਂ ਕਰਾਈ? ਰੋਇਲ ਟ੍ਰੈਵਲਸ ਵਾਲਿਆਂ ਨੇ ਸਾਡਾ ਵੀਜ਼ਾ ਲਵਾ ਦਿੱਤਾ। ਵਾਓ ਏ ਰੱਬਾ, ਭਲਾ ਹੋਵੇ ਨਾ ਰੋਇਲ ਟ੍ਰੈਵਲ ਵਾਲਿਆਂ ਦਾ। ਕਿਸੇ ਵੀ ਤਰ੍ਹਾਂ ਦੇ ਟੂਰਿਸਟ ਜਾਂ ਸਟੱਡੀ ਵੀਜ਼ਾ ਲਈ ਅੱਜ ਹੀ ਕਾਲ ਕਰੋ ਰੋਇਲ ਟ੍ਰੈਵਲਸ 9168 9168।